ਲਓ ਜੀ ਹਾਸੀ ਫਲ ਤੋਂ ਪਹਿਲਾਂ ਅੱਜ ਦਾ ਪਚਾਂਗ ਸੁਣ ਲਓ। ਅੱਜ ਇਸ ਮਹੀਨੇ ਦਾ ਚੌਥਾ ਖੂਨੀ ਪੰਜਵਾਂ ਕੁ ਦਿਨ ਹੈ। ਹਾਂਜੀ ਸੂਰਜ ਅੱਜ ਸਖਤ ਹੀ ਪੂਰਬ ਵੱਲੋਂ ਨਿਕਲੇਗਾ ਅਤੇ ਇੱਕ ਵੇਲੇ ਜੇ ਪੱਛਮ ਵੱਲ ਛਿਪ ਜਾਵੇਗਾ। ਦਾਰੂ ਪੀਵਣ ਵਾਲਿਆਂ ਦਾ ਅੱਜ ਅੱਠਵਾਂ ਵਰਤ ਹੋਵੇਗਾ ਮੇਰੇ ਖਿਆਲ ਨਾਲ, ਕਿਉਂਕਿ ਪਹਿਲੇ ਕੁਝ ਦਿਨ ਤਾਂ ਉਹਨਾਂ ਦੇ ਘਰ ਪਏ ਰਿਜ਼ਰਵ ਕੋਟੇ 'ਚੋਂ ਕੰਮ ਚੱਲ ਗਿਆ ਹੈ। ਸਿਗਰਟਾਂ ਪੀਵਣ ਵਾਲੇ ਬੀੜੀ 'ਤੇ ਆ ਜਾਵਣਗੇ, ਪਰ ਘਬਰਾਉਣ ਦੀ ਲੋੜ ਨਹੀਂ ਹੈ। ਕੂੜਾ ਚੁੱਕਣ ਵਾਲੇ, ਸਬਜ਼ੀ ਵੇਚਣ ਵਾਲੇ ਅਤੇ ਦੁੱਧ ਪਨੀਰ ਵਾਲਿਆਂ ਤੋਂ ਬੀੜੀਆਂ ਦੀ ਸਪਲਾਈ ਜਾਰੀ ਰਹਿਣ ਦਾ ਯੋਗ ਬਣਿਆ ਹੋਇਆ ਹੈ। ਪਹਿਲੀ ਰਾਸ਼ੀ ਮੇਸ਼ ਰਾਸ਼ੀ। ਮੇਸ਼ ਰਾਸ਼ੀ ਦੇ ਜਾਤਕਾਂ ਨੂੰ ਅੱਜ ਬਹੁਤ ਮਾਣ ਸਨਮਾਨ ਮਿਲਣ ਦੀ ਸੰਭਾਵਨਾ ਹੈ। ਉਹਨਾਂ ਦੀ ਘਰਵਾਲੀ ਉਹਨਾਂ ਨੂੰ ਜੀ ਕਹਿ ਕੇ ਬੁਲਾਏਗੀ, ਚਾਹ ਨਾਲ ਕੋਈ ਸ਼ੈ ਵੀ ਖਾਣ ਨੂੰ ਪੇਸ਼ ਕੀਤੀ ਜਾਵੇਗੀ। ਪਰ ਇਹ ਸਭ ਕੁਝ ਤਾਂ ਹੀ ਹੋਏਗਾ ਜੇ ਟਾਈਮ 'ਤੇ ਸਾਰੇ ਕੱਪੜੇ ਧੋ ਕੇ ਅਤੇ ਫਰਸ਼ਾਂ ਨੂੰ ਪੋਚੇ ਲਾ ਕੇ ਵਿਹਲੇ ਹੋ ਗਏ ਤਾਂ। ਹਾਂਜੀ ਤਾਂ ਜ਼ਿਆਦਾ ਘਰਵਾਲੀ ਦੀ ਗੱਲ ਕੱਟਣ ਦਾ ਕੋਸ਼ਿਸ਼ ਨਾ ਕਰਨਾ, ਨਹੀਂ ਤਾਂ ਪ੍ਰੋਬਲਮ ਆਉਣ ਦਾ ਯੋਗ ਹੈ। ਲਓ ਜੀ ਦੂਜੀ ਰਾਸ਼ੀ ਹੈ ਵਰਿਛ ਰਾਸ਼ੀ। ਇਸ ਰਾਸ਼ੀ ਦੇ ਜਾਤਕਾਂ ਦੇ ਬੰਨੇ ਉੱਤੇ ਕਿੰਨੇ ਹੀ ਕਾਂ ਬੋਲੀ ਜਾਵਣ, ਘਰੇ ਪ੍ਰਾਹੁਣਾ ਆਉਣ ਦੀ ਕੋਈ ਸੰਭਾਵਨਾ ਨਹੀਂ ਹੈ। ਥਾਣੇ 'ਚੋਂ ਫੋਨ ਆ ਸਕਦਾ ਕਿ ਤੁਹਾਡਾ ਪ੍ਰਾਹੁਣਾ ਜਿਹੜਾ ਹੈ ਉਹ ਅਸੀਂ ਸਾਂਭ ਲਿਆ ਹੈ, ਆਕੜ ਅਤੇ ਚੌਧਰ ਤੋਂ ਪਰਹੇਜ਼ ਕਰਨ ਦੀ ਬੜੀ ਲੋੜ ਹੈ ਜੀ। ਅੱਗੋਂ ਹੈ ਮਿਥੁਨ ਰਾਸ਼ੀ। ਮਿਥੁਨ ਰਾਸ਼ੀ ਦੇ ਜਾਤਕਾਂ ਨੂੰ ਅੱਜ ਕਿਤੋਂ ਦੋ ਪੈਗ ਉਧਾਰ ਮਿਲਣ ਦੀ ਸੰਭਾਵਨਾ ਹੈ। ਕਿਸੇ ਤੁਲਾ ਰਾਸ਼ੀ ਦੇ ਜਾਤਕ ਨੂੰ ਇੱਕ ਪੁਰਾਣੀ ਪਈ ਬੋਤਲ ਲੱਭ ਗਈ ਹੈ, ਤੁਹਾਡਾ ਕੰਮ ਵੀ ਚੱਲ ਸਕਦਾ ਹੈ। ਲੇਕਿਨ ਘਰਵਾਲੀ ਨੂੰ ਯੋਗਾ ਸਿਖਾਉਣ ਦੇ ਚੱਕਰ ਵਿੱਚ ਘਰੇ ਮਹਾਂਭਾਰਤ ਲਾਈਵ ਹੋਣ ਦੀ ਸੰਭਾਵਨਾ ਹੈ। ਅੱਗੋਂ ਹੈ ਜੀ ਕਰਕ ਰਾਸ਼ੀ। ਕਰਕ ਰਾਸ਼ੀ ਦੇ ਜਾਤਕਾਂ ਨੂੰ ਅੱਜ ਮਾਲਕ ਉਚਾਈਆਂ ਬਖਸ਼ੇਗਾ। ਹੋ ਸਕਦਾ ਹੈ ਅੱਜ ਤੁਹਾਨੂੰ ਪੱਖੇ ਦੀ ਜਾਂ ਛੱਤ ਦੀ ਸਫਾਈ ਕਰਨ ਦਾ ਮਾਣ ਹਾਸਲ ਹੋ ਜਾਵੇ। ਘਰਵਾਲੀ ਦੇ ਵਾਲਾਂ ਵਿੱਚ ਮਹਿੰਦੀ ਲਗਾਓ, ਕਲਰ ਲਗਾਓ, ਇਹਦੇ ਨਾਲ ਰੁਕੀ ਹੋਈ ਕਿਰਪਾ ਫਿਰ ਚਾਲੂ ਹੋਣ ਦੀ ਸੰਭਾਵਨਾ ਹੈ। ਅੱਗੋਂ ਹੈ ਜੀ ਸਿੰਘ ਰਾਸ਼ੀ। ਸਿੰਘ ਰਾਸ਼ੀ ਦੇ ਜਾਤਕਾਂ ਨੂੰ ਇਹ ਦੱਸਿਆ ਜਾਂਦਾ ਹੈ ਕਿ ਤੁਸੀਂ ਆਪਦੀਆਂ ਖੁੱਡਾਂ ਵਿੱਚ ਹੀ ਰਹੋ, ਬਹੁਤੇ ਸ਼ੇਰ ਬਣਨ ਦੀ ਲੋੜ ਨਹੀਂ, ਬਾਹਰ ਨਾ ਨਿਕਲਿਆ ਜੇ। ਅੱਜ ਤੁਹਾਨੂੰ ਫੋਨ ਰਾਹੀਂ ਸਹੁਰਿਆਂ ਤੋਂ ਤਕੜੀ ਝਾੜ ਪੈਣ ਦੀ ਸੰਭਾਵਨਾ ਹੈ, ਯੋਗ ਬਣਿਆ ਹੋਇਆ ਹੈ। ਅਤੇ ਉਪਾਅ ਇਹ ਹੈ ਜੀ ਪਬਲਿਕਲੀ ਰੋਣ ਤੋਂ ਪਰਹੇਜ਼ ਕਰੋ, ਨਹੀਂ ਤਾਂ ਹੋਰ ਮਾੜਾ ਹੋ ਸਕਦਾ ਹੈ। ਲਓ ਜੀ ਬਾਕੀ ਰਾਸ਼ੀਆਂ ਬਾਰੇ ਆਪਾਂ ਬਾਅਦ 'ਚ ਗੱਲ ਕਰੇ ਸਾਂ। ਪਹਿਲੇ ਇੱਕ ਲੈਟਰ ਆਇਆ ਹੋਇਆ, ਲੈਟਰਾਂ ਦਾ ਜਵਾਬ ਵੀ ਦੇਣਾ ਪੈਂਦਾ ਹੈ। ਆਹ ਇੱਕ ਖਤ ਆਇਆ ਮਜੋਰੂ ਰਾਮ ਜੀ ਦਾ ਜਲਾਲਾਬਾਦ ਤੋਂ। ਇਹ ਆਉਂਦੇ ਨੇ ਵੀ ਸਾਡਾ ਜਿਹੜਾ ਛੁਹਾਰ ਹੈ ਉਹਨੂੰ ਨਿੱਕੀਆਂ ਨਿੱਕੀਆਂ ਕਈ ਬਿਮਾਰੀਆਂ, ਇਹ ਚਮੜੀ ਦਾ ਰੋਗ ਹੈ, ਪੇਟ ਸਾਫ਼ ਨਹੀਂ ਰਹਿੰਦਾ, ਸਿਰ ਦੁਖਦਾ ਹੈ, ਹੈਂ ਜੀ, ਅਤੇ ਦੰਦਾਂ ਦੀ ਪ੍ਰੋਬਲਮ ਵੀ ਚੱਲ ਰਹੀ ਹੈ, ਅਤੇ ਕਹਿੰਦੇ ਕੋਈ ਇਲਾਜ ਦੱਸੋ ਭਾਈ ਹੈ ਜੀ। ਅਲੋ ਮਜੋਰੂ ਰਾਮ ਜੀ ਬੜਾ ਸਿੱਧ ਪੱਧਰ ਰਹੀ ਹੈ ਇਲਾਜ ਹੈ। ਮੁੰਡਾ ਤੁਹਾਡਾ ਤੁਸੀਂ ਲਿਖਿਆ ਲੈਟਰ ਵਿੱਚ 25-26 ਸਾਲਾਂ ਦਾ ਹੈ, ਗੱਭਰੂ ਜਵਾਨ ਹੈ, ਹੈਂ ਜੀ, ਤੁਸੀਂ ਇੱਦਾਂ ਕਰੋ ਇਸ ਮੁੰਡੇ ਦਾ ਵਿਆਹ ਕਰ ਦਿਓ। ਹੈਂ ਜੀ ਘਬਰਾਉਣ ਦੀ ਲੋੜ ਨਹੀਂ, ਵੇਖੋ ਨਾ ਵਿਆਹ ਹੋ ਜਾਏਗਾ, ਘਰ ਵਾਲੀ ਆ ਜਾਏਗੀ, ਇੱਕ ਵੱਡੀ ਬਿਮਾਰੀ ਲੱਗ ਜਾਏਗੀ ਛੋਟੀਆਂ ਬਿਮਾਰੀਆਂ ਤੋਂ, ਜਾਨ ਛੁੱਟ ਜਾਏਗੀ ਅਤੇ ਤੁਸੀਂ ਆਪ ਹੀ ਕਹੋਗੇ ਭਾਈ ਆ ਕੈਂਟ ਹੈ।